ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਟੀਚਿੰਗਸ ਦੇ ਵੀਕਲੀ ਗੁਰਮਤ ਸੈਸ਼ਨਸ ਦੇ ਵਿੱਚ ਅੱਜ ਅਸੀਂ ਇੱਕ ਹੋਰ ਸਪੀਸ਼ੀਜ਼ ਦੇ ਜੀਵਨ ਦੇ ਵਿੱਚੋਂ ਦੀ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਉਹਨਾਂ ਦੇ ਜੀਵਨ ਦੇ ਵਿੱਚੋਂ ਕੀ ਜਿਹੜਾ ਉਹਨਾਂ ਦੇ ਬਿਹੇਵੀਅਰ ਦੇ ਵਿੱਚੋਂ ਕੀ ਸਿੱਖਣ ਨੂੰ ਮਿਲ ਰਿਹਾ। ਗੁਰਬਾਣੀ ਨੇ ਇੱਕ ਪੰਕਤੀ ਦੇ ਥਰੂ ਰੈਫਰੈਂਸ ਲਿਆ ਤੇ ਉਹਨਾਂ ਦੇ ਜੀਵਨ ਦੇ ਵਿੱਚ ਝਾਤ ਮਾਰ ਕੇ ਸਾਨੂੰ ਗਿਆਨ ਦੇਣ ਲਈ ਜਿਹੜਾ ਉਹ ਮੋਟੀਵੇਟ ਕੀਤਾ ਹੈ, ਸਾਨੂੰ ਸਿੱਖਿਆ ਦਿੱਤੀ ਹੈ ਕਿ ਅਸੀਂ ਉਹਨਾਂ ਦੇ ਜੀਵਨ ਵਿੱਚੋਂ ਦੀ ਸਾਜ ਸੇਧ ਲੈ ਕੇ ਆਪਣੀ ਲਾਈਫ ਨੂੰ ਜਿਹੜਾ ਉਹ ਡਾਇਰੈਕਸ਼ਨ ਦੇ ਸਕੀਏ। ਉਹ ਜਿਹੜਾ ਅੱਜ ਦੀ ਸਪੀਸ਼ੀਸ ਜਿਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਉਹ ਹੈ ਟਰਟਲ, ਜਾਂ ਉਹਨੂੰ ਗੁਰਬਾਣੀ ਨੇ ਜਿਹੜਾ ਨਾਮ ਲਿਆ ਉਹ ਹੈ ਕੁੰਮੀ। ਸੋ ਇਹਦੇ ਵਿੱਚ ਅਸੀਂ ਜਿਹੜਾ ਹੁਣੇ ਇੱਕ ਵੀਡੀਓ ਵਾਚ ਕੀਤਾ ਸੀਗਾ, ਉਹ ਵੀਡੀਓ ਦੇ ਵਿੱਚ ਅਸੀਂ ਦੇਖਿਆ ਕਿ ਜਿਹੜੀ ਮਦਰ ਟਰਟਲ ਹੈਗੀ ਹੈ ਉਹ ਲੈਂਡ ਤੇ ਆਉਂਦੀ ਹੈ ਤੇ ਆਪਣੇ ਐਗਸ ਜਿਹੜੇ ਆ ਉਹ ਲੇ ਕਰਕੇ ਤੇ ਵਾਪਿਸ ਸੀ ਵਿੱਚ ਚਲੀ ਜਾਂਦੀ ਹੈ। ਫਿਰ ਜਿਹੜੇ ਆਫਟਰ ਲਿਟਲ ਵਾਇਲ ਜਦੋਂ ਐਗ ਹੈਚ ਹੁੰਦੇ ਨੇ, ਹੌਲੀ ਹੌਲੀ ਉਹ ਆਪਣੇ ਆਪ ਨੂੰ ਉਸ ਨੈਸਟ ਵਿੱਚੋਂ ਬਾਹਰ ਕੱਢਦੇ ਨੇ ਜਿਹੜੇ ਬੱਚੇ ਨੇ ਉਹਦੇ, ਤੇ ਉਹਨਾਂ ਨੇ ਆਪਣੀ ਲਾਈਫ ਨੂੰ ਸ਼ੁਰੂ ਕਰਨ ਦੇ ਲਈ ਸੀਦ ਤੱਕ ਜਾਣਾ ਹੁੰਦਾ ਹੈ। ਸੋ ਉਹ ਆਪਣਾ ਰਸਤਾ ਫਾਇੰਡ ਆਊਟ ਕਰਦੇ ਨੇ ਤੇ ਨਾਲ ਹੀ ਉਹਨਾਂ ਵਾਸਤੇ ਇੱਕ ਚੈਲੰਜ ਹੁੰਦਾ ਹੈ ਕਿ ਜਿਹੜੇ ਹੋਰ ਦੂਜੇ ਬਰਡਸ ਨੇ ਜਿਹਨਾਂ ਕਿ ਆਪਣੇ ਭੋਜਨ ਵਾਸਤੇ ਲੁੱਕ ਅਰਾਊਂਡ ਕਰ ਰਹੇ ਨੇ, ਜਦੋਂ ਉਹ ਦੇਖਦੇ ਨੇ ਕਿ ਉੱਥੇ ਏਦਾਂ ਛੋਟੇ ਛੋਟੇ ਟਰਟਲਸ ਜਿਹੜੇ ਨੇ ਉਹ ਆਪਣੇ ਸਫ਼ਰ ਚੱਲ ਰਹੇ ਨੇ ਟੁਵਰਡਸ ਸੀ, ਤਾਂ ਉਹਨਾਂ ਵਾਸਤੇ ਉਹ ਗੁੱਡ ਓਪਰਚੁਨਿਟੀ ਹੁੰਦੀ ਹੈ, ਤਾਂ ਉਹਨਾਂ ਦਾ ਵੀ ਭੋਜਨ ਬਣ ਜਾਂਦੇ ਨੇ। ਸੋ ਅਸੀਂ ਉਹਦੇ ਵਿੱਚ ਜਿਹੜਾ ਹੈ ਉਹ ਸਿੱਖਿਆ ਲਈ ਤੇ ਫਿਰ ਅਸੀਂ ਇਹ ਵੀਡੀਓ ਵਾਚ ਕਰਕੇ ਅਸੀਂ ਫਿਰ ਇੱਕ ਗਰੁੱਪ ਐਕਟੀਵਿਟੀ ਕੀਤੀ ਸੀ ਜਿਹਦੇ ਵਿੱਚ ਬੱਚਿਆਂ ਨੇ ਆਪਣੇ ਕੁਛ ਜਿਹੜੇ ਕੁਐਸਚਨਸ ਨੇ ਉਹ ਡਿਸਕਸ ਕੀਤੇ ਨੇ। ਸੋ ਅਸੀਂ ਹੁਣ ਜਿਹੜਾ ਬੱਚਿਆਂ ਨੂੰ ਰਿਕੁਐਸਟ ਕਰਾਂਗੇ ਕਿ ਵੀ ਉਹਨਾਂ ਨੇ ਜੋ ਵੀ ਆਪਣੇ ਗਰੁੱਪਸ ਦੇ ਵਿੱਚ ਡਿਸਕਸ਼ਨ ਕੀਤੀ ਹੈ ਉਹ ਸਾਡੇ ਸਾਰਿਆਂ ਨਾਲ ਜਿਹੜਾ ਉਹ ਸ਼ੇਅਰ ਕਰ ਲੈਣ। ਤੇ ਅਰਸ਼ਬੀਰ ਕੌਰ ਜੀ, ਵਿਦ ਦੈਟ ਕਿ ਤੁਸੀਂ ਸਮਰਾਈਜ਼ ਕਰੋਗੇ ਗਰੁੱਪ ਨੰਬਰ 1 ਦੇ ਵਿੱਚ ਆਪਣੀ ਡਿਸਕਸ਼ਨ ਨੂੰ? ਆਪਾਂ ਗਰੁੱਪ ਚ ਇਹ ਡਿਸਕਸ ਕੀਤਾ ਸੀ, ਨੰਬਰ 1 ਹੂ ਟੈਲਸ ਦ ਨਿਊਬੋਰਨ ਟਰਟਲ ਦ ਵੇ ਟੂ ਦ ਸੀ, ਦੈਟ ਟਰਟਲ ਦੇ ਯੂਜ਼ ਦ ਸੈਂਸ ਟੂ ਦੇ ਯੂਜ਼ ਦ ਸੈਂਸਸ ਐਂਡ ਨੈਵੀਗੇਟ ਟੂ ਦ ਮੈਗਨੈਟਿਕ ਫੀਲਡ ਵਿਚ ਲੀਡਸ ਦੈਮ ਟੂ ਦ ਸੀ. Question 2, who tells the birds that newborn turtles will be going to the sea? They wait patiently and yeah. Question 3, the ones who watch their siblings being prey of birds, do they stop going towards the target? The target is the ocean. Question 4, what else did we learn from this video? We learned that the turtles never give up and they will keep on going. Very good ji, thank you ji, nicely summarized Ashvik Kaur ji. So group number 2 de vich I think Japleen Kaur ji tusi karoge bete? Haan ji. Question number 1, the horizon light, the light of the horizon tells the turtles where to go, and so does Vaiguji. Then tell the turtles that the sea is over there, you should go over there. Question number 2, who tells the birds that the newborn turtles will be going to the sea? Vaiguji tells them that the turtles will be going to the sea, and after Vaiguji tells them, they wait and see until when they start going. Number 3, they don't stop going towards their target. They keep going even if their siblings have been caught by the birds, and they don't give up because they know that they have to go to the ocean, otherwise where they are they won't survive. And question number 4, we also learned from this video that only a few of the newborn turtles get to the water, and when the newborn turtles are born they are only 2 inches or 5 centimeters. ਵੈਰੀ ਗੁੱਡ ਜੀ, ਥੈਂਕ ਯੂ ਬੱਚੇ, ਵੈਰੀ ਨਾਈਸ, ਗੁੱਡ ਸਮਰੀ। ਅਸੀਂ ਜਿਹੜਾ ਵੀਡੀਓ ਦੇਖਿਆ ਸੀਗਾ ਉਹ ਵੀਡੀਓ ਦੇ ਵਿੱਚ ਅਸੀਂ ਜਿਹੜਾ ਟਰਟਲ ਦੇ ਜੀਵਨ ਦੇ ਜਿਹੜੇ ਨੇ ਕੁਛ ਜਿਹੜੇ ਪਹਿਲੂ ਹੈ ਉਹ ਵਾਚ ਕੀਤੇ ਅਤੇ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਉਹ ਪੈਦਾ ਹੋਣ ਤੋਂ ਬਾਅਦ ਆਪਣੇ ਮਟੀਰੀਅਲਿਸਟਿਕ ਜਿਹੜਾ ਜੀਵਨ ਹੈ ਉਹਦਾ ਸੰਸਾਰਕ ਸਫ਼ਰ ਹੈ ਉਹਨੂੰ ਸ਼ੁਰੂ ਕਰਨ ਲਈ ਕਿਵੇਂ ਉਹਨੇ ਸੇਧ ਲੈਣੀ ਹੈ, ਕਿਵੇਂ ਉਹਨੇ ਸੀ ਤੱਕ ਪਹੁੰਚਣਾ ਹੈ, ਅਤੇ ਉਹਦੇ ਰਸਤੇ ਵਿੱਚ ਬਹੁਤ ਸਾਰੇ ਚੈਲੰਜਸ ਵੀ ਨੇ,
ਉਹਦੇ ਸਰਵਾਈਵਲ ਵਾਸਤੇ ਵੀ ਬੜੀ ਡਿਫਿਕਲਟੀ ਹੈ, ਲੇਕਿਨ ਉਹਨੇ ਆਪਣੇ ਟਾਰਗੇਟ ਵੱਲ ਵੱਧਦੇ ਰਹਿਣਾ ਹੈ ਤੇ ਉਹ ਆਪਣੇ ਜੇ ਉਹਨੇ ਆਪਣੇ ਜੀਵਨ ਨੂੰ ਸ਼ੁਰੂ ਕਰਨਾ ਹੈ। ਇਟਸ ਵੈਰੀ ਗੁੱਡ ਕਿ ਅਸੀਂ ਉਹਨੂੰ ਅੱਛੀ ਤਰ੍ਹਾਂ ਸਮਰਾਈਜ਼ ਕਰ ਪਾਏ। ਸੋ ਸਾਡੇ ਕੋਲ ਗੁਰਬਾਣੀ ਦੀ ਇੱਕ ਪੰਕਤੀ ਹੈਗੀ ਹੈ ਰਾਗ ਆਸਾ ਦੇ ਵਿੱਚ ਭਗਤ ਧੰਨਾ ਜੀ ਦੀ। ਸੋ ਇਸ ਪੰਕਤੀ ਨੂੰ ਜੇ ਕੋਈ ਬੱਚਾ ਪੜ੍ਹਨਾ ਚਾਹੁੰਦਾ ਸੋ ਤਾਂ ਪਹਿਲਾਂ ਤੁਸੀਂ ਪੜ੍ਹ ਲਓ, ਫਿਰ ਆਪਾਂ ਇਹਨੂੰ ਜਿਹੜਾ ਡਿਸਕਸ ਕਰਦੇ ਹਾਂ ਕਿ ਵੀ ਵਾਟ ਇਜ਼ ਦ ਮੈਸੇਜ ਇਨ ਦਿਸ ਪੰਕਤੀ ਫਾਰ ਅਸ। ਹਾਂਜੀ ਜਪਲੀਨ ਕੌਰ ਜੀ ਪੜ੍ਹਦੇ ਹੋ ਜੀ, ਅਟੈਂਪਟ ਕਰੋ ਪਲੀਜ਼। ਕੁੰਮੀ ਜਲ ਮਹ ਤਨ ਤਿਸ ਬਾਹਰ ਪੰਖ ਖੀਰ ਤਿਸ ਨਹੀਂ ਪੂਰਨ ਪਰਮਾਂਦ ਮਨੋਹਰ ਸਮਝ ਦੇਖ ਮਨ ਮਹਿ। ਵੈਰੀ ਗੁੱਡ ਜੀ, ਦੈਟਸ ਵੈਰੀ ਨਾਈਸ, ਥੈਂਕ ਯੂ ਜੀ ਜਪਲੀਨ ਕੌਰ ਜੀ, ਵਧੀਆ ਸੀਗਾ, ਗੁੱਡ ਗੁੱਡ ਅਟੈਂਪਟ। ਕਿ ਕੁੰਮੀ ਜਲ ਮਾਹੇ ਤਨ ਤਿਸ ਬਾਹਰ ਪੰਖ ਖੀਰ ਤਿੰਨ ਨਾਹੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਕੋਈ ਬੱਚਾ ਹੋਰ ਪੜ੍ਹਨਾ ਚਾਹੁੰਦਾ ਲੈਫਟ ਹੈਂਡ ਸਾਈਡ ਤੇ ਆਪਾਂ ਇਹਦੀ ਬਰੀਫ ਐਕਸਪਲੇਨੇਸ਼ਨ ਜੇ ਕੋਈ ਵੀ ਬੱਚਾ ਅਟੈਂਪਟ ਕਰਨਾ ਚਾਹੁੰਦਾ ਹੈ। ਹਾਂਜੀ ਸਾਹਿਬ ਕੌਰ ਜੀ ਤੁਸੀਂ ਪੜ੍ਹੋਗੇ? ਸਾਹਿਬ ਕੌਰ ਜੀ ਆਵਾਜ਼ ਨਹੀਂ ਆ ਰਹੀ ਹੈ ਬੇਟੇ, ਆਈ ਥਿੰਕ ਦੇਰ ਇਜ਼ ਸਮ ਚੈਲੰਜ। ਠੀਕ ਹੈ, ਤੁਸੀਂ ਦੁਬਾਰਾ ਦੇਖੋ ਅਨਮਿਊਟ ਕਰਕੇ ਆਓ। ਤੇ ਹਰਨੂਰ ਕੌਰ ਜੀ ਤੁਸੀਂ ਬੇਟੇ ਪੜੋਗੇ ਫਿਰ ਲੈਫਟ ਹੈਂਡ ਸਾਈਡ ਤੇ ਜਿਹੜੀ ਐਕਸਪਲੇਨੇਸ਼ਨ ਆਪਾਂ ਲਿਖੀ ਹੈ। ਕੁੰਮੀ ਮਦਰ ਟਰਟਲ ਜਲ ਮਾਹੇ ਇਨ ਦ ਸੀ। ਠੀਕ ਹੈ, ਇਹ ਪੂਰੀ ਪੜ ਲਓ ਬੇਟੇ ਥੱਲੇ ਬਾਕੀ ਵੀ। ਓਕੇ, ਤਨ ਤਿਸ ਬਾਹਰ ਐਗਸ ਆਰ ਲੇਡ ਇਨ ਦ ਸੈਂਡ ਪੰਖ ਵਿੰਗਸ ਖੀਰ ਮਿਲਕ ਟੂ ਫੀਡ ਦੈਮਸੈਲਵਸ। ਵੈਰੀ ਗੁੱਡ, ਸੋ ਸਾਹਿਬ ਕੌਰ ਜੀ ਤੁਹਾਡੀ ਹੁਣ ਦੇਖੋ ਆਵਾਜ਼ ਆ ਰਹੀ ਹੈ ਤਾਂ ਤੁਸੀਂ ਰਾਈਟ ਹੈਂਡ ਸਾਈਡ ਤੇ ਪੜ੍ਹ ਲਓ ਬੇਟੇ। ਨਹੀਂ ਜੀ, ਵੀ ਸਟਿਲ ਕਾਂਟ ਹੀਅਰ ਯੂ, ਤੁਹਾਡੇ ਮਾਈਕ ਵਿੱਚ ਕੋਈ ਪ੍ਰੋਬਲਮ ਹੈ, ਪਲੀਜ਼ ਤੁਸੀਂ ਰੀਜੁਆਇਨ ਕਰੋ ਕੁਇਟ ਕਰਕੇ। ਇਨ ਦ ਮੀਨ ਟਾਈਮ ਕੋਈ ਹੋਰ ਬੱਚਾ ਹੈਗਾ ਜੀ, ਕਿਸੇ ਹੋਰ ਬੱਚੇ ਨੇ ਪੜ੍ਹਨਾ ਰਾਈਟ ਹੈਂਡ ਸਾਈਡ ਤੇ? ਐਨੀਬਡੀ ਐਲਸ? ਹਾਂਜੀ ਚਪਲੀਨ ਕੌਰ ਜੀ, ਹਮ ਕਿਹੜਾ ਪੜਾਂ? ਰਾਈਟ ਹੈਂਡ ਸਾਈਡ ਤੇ ਬੇਟੇ, ਪੂਰਨ ਪਰਮਾਨੰਦ ਮਨੋਹਰ। Inner voice which is full of wisdom and always in bliss, samj dekh man mahi, oh mind please learn. Very good, thank you ji. So before I say anything hun from the explanation, koi bachcha apne words de vich translate karke dass sakda ji, what do you understand from this pankti? Koi bhi bachcha, ਸਾਨੂੰ ਕਿੰਨੀ ਸੋਹਣੀ ਐਗਜ਼ੈਂਪਲ ਹੈ ਕੁੰਮੀ ਦੇ ਜੀਵਨ ਵਿੱਚੋਂ, ਟਰਟਲ ਦੀ ਲਾਈਫ ਦੇ ਵਿੱਚੋਂ ਸਾਨੂੰ ਗੁਰਬਾਣੀ ਨੇ ਜਿਹੜੀ ਆ ਉਹ ਸਮਝਾਈ ਹੈ। ਅਸੀਂ ਹੁਣ ਵੀਡੀਓ ਵੀ ਦੇਖਿਆ, ਉਹ ਵੀਡੀਓ ਵਾਸ ਪ੍ਰੀਟੀ ਮੱਚ ਐਗਜੈਕਟਲੀ ਦ ਸੇਮ ਜੋ ਸਾਨੂੰ ਇੱਥੇ ਗੁਰਬਾਣੀ ਨੇ ਮੈਸੇਜ ਦਿੱਤਾ ਹੈਗਾ ਕਿ ਉੱਥੇ ਸਾਨੂੰ, ਉੱਥੇ ਤੁਸੀਂ ਵੀਡੀਓ ਦੇ ਥਰੂ ਲਰਨ ਕਰਨ ਦੀ ਕੋਸ਼ਿਸ਼ ਕੀਤੀ, ਇੱਥੇ ਆਪਾਂ ਇਹ ਗੁਰਬਾਣੀ ਦੀ ਪੰਕਤੀ ਦੇ ਥਰੂ ਸਮਝ ਰਹੇ ਹਾਂ ਕਿ ਮਦਰ ਟਰਟਲ ਜਿਹੜੀ ਹੈ ਉਹ ਸੀ ਵਿੱਚ ਚਲੀ ਜਾਂਦੀ ਹੈ ਆਫਟਰ ਲੇਇੰਗ ਦ ਐਗਸ ਇਨ ਦ ਸੈਂਡ। ਫਿਰ ਜਿਹੜੇ ਉਹਦੇ ਬੱਚੇ ਨੇ ਉਹਨਾਂ ਕੋਲ ਨਾ ਹੀ ਤਾਂ ਉਹਨਾਂ ਕੋਲ ਕੋਈ ਭੋਜਨ ਹੈ ਖਾਣ ਵਾਸਤੇ, ਨਾ ਹੀ ਉਹਨਾਂ ਕੋਲ ਦੁੱਧ ਹੈ ਪੀਣ ਵਾਸਤੇ, ਤੇ ਨਾ ਹੀ ਉਹਨਾਂ ਕੋਲ ਪੰਖ ਹੈਗੇ ਨੇ ਜਿਹਨਾਂ ਨਾਲ ਉਹ ਆਪਣੇ ਟਾਰਗੇਟ ਤੱਕ ਪਹੁੰਚ ਜਾਣ। ਤੇ ਸਾਨੂੰ ਕੀ ਸਿਖਾ ਰਹੀ ਹੈ ਗੁਰਬਾਣੀ? ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਸੋ ਇਹ ਕਿਸ ਤਰ੍ਹਾਂ ਪੋਸੀਬਲ ਹੈ ਕਿ ਉਹ ਵਿਦਾਊਟ ਫੂਡ ਵਿਦਾਊਟ ਵਿੰਗਸ ਉਹ ਆਪਣੇ ਟਾਰਗੇਟ ਤੱਕ ਕਿਵੇਂ ਪਹੁੰਚ ਜਾਣਗੇ, ਕਿਵੇਂ ਉੱਥੇ ਤੱਕ ਉਹਨਾਂ ਨੂੰ ਜਿਹੜਾ ਉਹ ਪਹੁੰਚਣ ਲਈ ਕਿਵੇਂ ਹੈਲਪ ਮਿਲ ਰਹੀ ਹੈ? ਜਿਵੇਂ ਕਿ ਆਪਾਂ ਗੁਰਬਾਣੀ ਨੇ ਸਾਨੂੰ ਸਮਝਾਇਆ ਕਿ ਵੀ ਜੇ ਅਸੀਂ
ਉਹ ਵੀ ਆਪਣੀ ਜਿਹੜੀ ਹੈ ਗੁੱਡ ਵੌਇਸ ਨਾਲ ਆਪਣੀ ਇਨਰ ਵੌਇਸ ਨਾਲ ਕਨੈਕਟਡ ਰਹਿੰਦੇ ਹੈ ਜਿਹੜੀ ਕਿ ਉਹਨਾਂ ਨੂੰ ਗਿਆਨ ਦੇ ਰਹੀ ਹੈ ਉਹਨਾਂ ਨੂੰ ਗਾਈਡ ਕਰ ਰਹੀ ਹੈ ਉਹਨਾਂ ਨੂੰ ਡਾਇਰੈਕਸ਼ਨ ਦਿਖਾ ਰਹੀ ਹੈ ਔਰ ਉਹਨਾਂ ਨੂੰ ਜਿਹੜਾ ਹੈ ਉਹ ਆਪਣੇ ਟਾਰਗੇਟ ਵੱਲ ਵਧਣ ਲਈ ਮੋਟੀਵੇਟ ਕਰ ਰਹੀ ਹੈ ਔਰ ਫੋਕਸਡ ਰਹਿਣ ਦੇ ਵਿੱਚ ਹੈਲਪ ਕਰ ਰਹੀ ਹੈ ਤਾਂ ਗੁਰਬਾਣੀ ਸਾਨੂੰ ਸਿਖਾ ਰਹੀ ਹੈ ਕਿ ਉਹ ਜੇ ਉਹਦੇ ਕੋਲੋਂ ਸਿੱਖਿਆ ਲੈਂਦੇ ਨੇ ਉਹਦੇ ਨਾਲ ਕਨੈਕਟਡ ਰਹਿੰਦੇ ਨੇ ਦੇ ਇਵੈਂਚੁਅਲੀ ਗੈਟ ਟੂ ਦੇਅਰ ਡੈਸਟੀਨੇਸ਼ਨ ਡਜ਼ਨਟ ਮੈਟਰ ਕਿੰਨੇ ਚੈਲੰਜਸ ਉਹਨਾਂ ਦੀ ਲਾਈਫ ਦੇ ਵਿੱਚ ਆਉਣਗੇ ਭਾਵੇਂ ਰਸਤੇ ਵਿੱਚ ਬੜੇ ਸਾਰੇ ਉਹਨਾਂ ਦੇ ਲਾਈਫ ਨੂੰ ਵੀ ਸਰਵਾਈਵਲ ਦੇ ਵੀ ਚੈਲੰਜਸ ਆਉਣਗੇ ਪਰ ਜੇ ਉਹ ਆਪਣੀ ਇਨਰ ਵੋਇਸ ਦੇ ਨਾਲ ਕਨੈਕਟਡ ਰਹਿੰਦੇ ਹੈ ਤੇ ਉਹਦੀ ਗਾਈਡੈਂਸ ਵਿੱਚ ਜਿਹੜਾ ਐਫਰਟ ਕਰਦੇ ਰਹਿੰਦੇ ਹੈ ਦੈਨ ਦੇ ਗੈਟ ਟੂ ਦੈਟ ਬਲਿਸਫੁਲ ਸਟੇਟ ਜਿੱਥੇ ਜਾ ਕੇ ਉਹ ਆਪਣਾ ਜੀਵਨ ਸ਼ੁਰੂ ਕਰ ਸਕਦੇ ਹੈ ਠੀਕ ਹੈ ਜੀ ਕੈਨ ਯੂ ਨਾਓ ਲਿੰਕ ਦਿਸ ਸਟੋਰੀ ਲਾਈਕ ਦਿਸ ਪੰਕਤੀ ਵਿਦ ਦ ਸਟੋਰੀ ਆਫ ਦ ਟਰਟਲ ਜਿਹੜੀ ਆਪਾਂ ਹੁਣੇ ਦੇਖੀ ਹੈ ਕੋਈ ਬੱਚਾ ਕਰ ਸਕਦਾ ਹੈ ਐਨੀਬਡੀ ਹੀਅਰ ਕਾਫੀ ਮੇਰੇ ਖਿਆਲ ਨਾਲ ਈਜ਼ੀ ਹੋਣਾ ਚਾਹੀਦਾ ਸੀ ਬੱਚਿਓ ਅਸੀਂ ਜਿਹੜੀ ਗਰੁੱਪ ਐਕਟੀਵਿਟੀ ਵੀ ਕੀਤੀ ਹੈ ਹਾਂਜੀ ਹਰਨੂਰ ਕੌਰ ਜੀ We watched that Jada like mother turtle siga one apne eggs le karte sige sandwich te after 45 days o jede baby turtle sige o bar aage sige te jada like ਜਿਹੜਾ ਬਾਅਦ ਵਿੱਚ ਇੱਕ ਬੇਬੀ ਗਰਲ ਟਰਟਲ ਸੀਗੀ ਉਹਦੇ ਸਿਬਲਿੰਗਸ ਡਾਈ ਹੋ ਰਹੇ ਸੀਗੇ ਬਿਕੋਜ਼ ਉਹ ਬਰਡਸ ਉਹਦੇ ਸਿਬਲਿੰਗਸ ਨੂੰ ਖਾ ਰਹੇ ਸੀਗੇ ਬਟ ਉਹਨੇ ਲਾਈਕ ਗਿਵ ਅਪ ਨਹੀਂ ਕੀਤਾ ਅਤੇ ਉਹ ਹਜੇ ਵੀ ਗੋ ਲਾਈਕ ਮੂਵ ਕਰ ਰਹੀ ਸੀਗੀ ਉਹਦੇ ਟਾਰਗੇਟ ਵੱਲ ਵੈਰੀ ਗੁੱਡ ਬਹੁਤ ਹੀ ਵਧੀਆ ਸੀ ਥੈਂਕ ਯੂ ਜੀ ਦੈਟ ਵਾਸ ਐਕਸਲੈਂਟ ਵੈਰੀ ਨਾਈਸ ਹੈ ਨਾ ਦੇਖੋ ਅਸੀਂ ਉਹਨੇ ਸਿੱਖਿਆ ਦੇ ਵਿੱਚੋਂ ਹੁਣ ਅਸੀਂ ਇਹਦੀ ਵੈਰੀ ਕੁਇਕਲੀ ਇਹਦੀ ਆਪਾਂ ਦੇਖ ਲੈਂਦੇ ਹਾਂ ਨੈਕਸਟ ਸਲਾਈਡ ਦੇ ਵਿੱਚ ਇਸ ਪੰਕਤੀ ਦੀ ਜਿਹੜੀ ਐਕਸਪਲੇਨੇਸ਼ਨ ਹੈਗੀ ਹੈ ਕਿ ਸਾਨੂੰ ਕਿਸ ਤਰ੍ਹਾਂ ਸਿਖਾਇਆ ਕਿ ਜਿਹੜੀ ਉਹਦੀ ਮਦਰ ਟਰਟਲ ਹੈਗੀ ਆ ਉਹ ਆ ਕੇ ਸੀ ਦੇ ਕੰਢੇ 'ਤੇ ਆ ਕੇ ਸੈਂਡ ਦੇ ਵਿੱਚ ਆ ਕੇ ਆਪਣਾ ਨੈਸਟ ਬਣਾਉਂਦੀ ਹੈ ਉਸ ਤੋਂ ਬਾਅਦ ਆਪਣੇ ਐਗ ਲੇ ਕਰਕੇ ਉਹ ਵਾਪਸ ਜਿਹੜੀ ਹੈ ਉਹ ਸੀ ਵਿੱਚ ਚਲੀ ਜਾਂਦੀ ਹੈ ਤੇ ਜਿਹੜੇ ਉਹਦੇ ਬੱਚੇ ਨੇ ਉਹ ਆਪਣੀ ਲਾਈਫ ਦੀ ਸ਼ੁਰੂਆਤ ਕਰਦੇ ਆ ਵਿਦਆਊਟ ਐਨੀ ਜਿਹੜੀ ਹੈ ਉਹ ਐਕਸਟਰਨਲ ਸਪੋਰਟ ਸੋ ਉਹ ਉਹਨਾਂ ਨੂੰ ਉਹ ਸਪੋਰਟ ਜਿਹੜੀ ਹੈ ਉਹ ਉਹਨਾਂ ਦੀ ਜਿਹੜੀ ਜੋਤ ਹੈ ਉਹ ਪ੍ਰੋਵਾਈਡ ਕਰ ਰਹੀ ਹੈ ਉਹਨਾਂ ਨੂੰ ਗਾਈਡ ਕਰ ਰਹੀ ਹੈ ਉਹਨਾਂ ਦੀ ਇਨਰ ਵੋਇਸ ਜਿਹੜੀ ਹੈ ਉਹਨਾਂ ਨੂੰ ਉਹ ਰਸਤਾ ਦਿਖਾ ਰਹੀ ਹੈ ਔਰ ਉਹਨਾਂ ਨੂੰ ਜਿਹੜਾ ਉਹ ਆਪਣੇ ਜੀਵਨ ਨੂੰ ਅੱਗੇ ਵਧਾਉਣ ਲਈ ਮੋਟੀਵੇਟ ਕਰਕੇ ਜਿਹੜਾ ਉਹ ਐਫਰਟ ਕਰਨ ਲਈ ਵੀ ਜਿਹੜਾ ਹਮੇਸ਼ਾ ਗਾਈਡ ਕਰ ਰਹੀ ਹੈ ਪਰ ਜੇ ਅਸੀਂ ਕੁਛ ਜਿਵੇਂ ਦੇਖੀਏ ਕਿ ਜਿਹੜੇ ਜੇ ਟਰਟਲਸ ਨੇ ਜੇ ਉਹ ਰਸਤੇ 'ਚ ਰੁਕ ਜਾਣ ਅਤੇ ਉਹ ਐਫਰਟ ਕਰਨੀ ਬੰਦ ਕਰ ਦੇਣ ਦੇਰ ਇਜ਼ ਨੋ ਚਾਂਸ ਦੇ ਵਿਲ ਸਟਾਰਟ ਦੇਅਰ ਲਾਈਫ ਜਰਨੀ ਤਾਂ ਉਹ ਬਰਡਸ ਡੈਫੀਨੇਟਲੀ ਉਹਨਾਂ ਨੂੰ ਜਿਹੜਾ ਉਹ ਖਾ ਲੈਣਗੇ ਉਹ ਬਰਡਸ ਦਾ ਫੂਡ ਬਣ ਜਾਣਗੇ ਕਿਉਂਕਿ ਬਾਕੀ ਵੀ ਉੱਥੇ ਜਿਹੜੇ ਰਸਤੇ ਦੇ ਵਿੱਚ ਓਬਸਟੈਕਲਸ ਨੇ ਬਰਡਸ ਨੇ ਵੀ ਆਪਣੀ ਰੋਟੀ ਖਾਣੀ ਹੈ ਇਹ ਉਹਨਾਂ ਦਾ ਭੋਜਨ ਬਣ ਜਾਣਗੇ ਸੋ ਪਰ ਜੇ ਆਪਣੀ ਗੁੱਡ ਵੋਇਸ ਦੇ ਨਾਲ ਆਪਣੀ ਇਨਰ ਵੋਇਸ ਨਾਲ ਆਪਣੀ ਜੋਤ ਨਾਲ ਕਨੈਕਟਡ ਰਹਿੰਦੇ ਹੈ ਤਾਂ ਇਟ ਡਜ਼ਨਟ ਮੈਟਰ ਹਾਊ ਬਿਗ ਦਾ ਚੈਲੰਜ ਇਸ ਦੇ ਵਿਲ ਕੰਟੀਨਿਊ ਟੂ ਪੁੱਟ ਦਾ ਐਫਰਟ ਸੋ ਦੈਟ ਦੇ ਕੈਨ ਗੈਟ ਟੂ ਦੇਅਰ ਡੈਸਟੀਨੇਸ਼ਨ ਐਂਡ ਦੇ ਕੈਨ ਸਟਾਰਟ ਦੇਅਰ ਲਾਈਫ ਪਰ ਜੇ ਇਹ ਆਪਣੀ ਇਨਰ ਵੋਇਸ ਨੂੰ ਸੁਣਨਾ ਬੰਦ ਕਰ ਦੇਣਗੇ ਦੈਨ ਦੈਟ ਇਜ਼ ਨੋਟ ਪੋਸੀਬਲ ਸੋ ਅਸੀਂ ਆਪਣੀ ਲਾਈਫ ਵਿੱਚ ਵੀ ਜੇ ਆਪਣਾ ਦੇਖਣਾ ਸ਼ੁਰੂ ਕਰੀਏ ਉਹਦੇ ਵਿੱਚੋਂ ਸਿੱਖਣਾ ਸ਼ੁਰੂ ਕਰੀਏ ਕਿ ਸਾਡੀ ਲਾਈਫ ਵਿੱਚ ਵੀ ਉਹ ਵਲਚਰ ਬਰਡਸ ਦੀ ਤਰ੍ਹਾਂ ਬਹੁਤ ਸਾਰੇ ਚੈਲੰਜਸ ਜਿਹੜੇ ਆਉਂਦੇ ਨੇ ਬਟ ਜਦੋਂ ਅਸੀਂ ਉਹਨਾਂ ਚੈਲੰਜਸ ਨੂੰ ਵੱਡਾ ਮੰਨ ਲੈਂਦੇ ਹਾਂ ਔਰ ਆਪਣੀ ਜੋਤ ਦੀ ਗਾਈਡੈਂਸ ਵੱਲ ਨਹੀਂ ਧਿਆਨ ਕਰਦੇ ਜੋਤ ਤੋਂ ਗਿਆਨ ਲੈਣ ਦੀ ਜਿਹੜੀ ਹੈ ਸਾਡੀ ਸਟਰੈਂਥ ਜਿਹੜੀ ਵੀਕ ਹੋ ਜਾਂਦੀ ਹੈ ਦੈਨ ਵੀ ਗੈਟ ਟਰੈਪਡ ਇਨ ਦੋਸ ਚੈਲੰਜਸ ਇਨ ਐਵਰੀ ਡੇ ਲਾਈਫ ਜੇ ਮੇਰਾ ਕੱਲ੍ਹ ਸਵੇਰੇ ਅਸੈਸਮੈਂਟ ਹੈਗੀ ਹੈ ਸੋ ਮੇਰਾ ਕੰਮ ਹੈ ਮੈਂ ਆਪਣਾ ਇਮਾਨਦਾਰੀ ਨਾਲ ਬੈਠ ਕੇ ਆਪਣੇ ਪੂਰੇ ਭਰੋਸੇ ਦੇ ਨਾਲ ਕਿ ਮੈਂ ਐਫਰਟ ਕਰਨੀ ਹੈ ਔਰ ਮੈਂ ਐਫਰਟ ਕਰਕੇ ਆਪਣੀ 100% ਅਟੈਂਪਟ ਕਰਨੀ ਹੈ ਤਾਂ ਕਿ ਮੈਂ ਅਸੈਸਮੈਂਟ ਵਿੱਚ ਸਕਸੈਸਫੁਲ ਹੋ ਸਕਾਂ ਪਰ ਜੇ ਮੈਂ ਇਹਦੀ ਥਾਂ 'ਤੇ ਸੋਚਣ ਲੱਗ ਜਾਵਾਂ ਕਿ ਵੀ ਮੈਂ ਫਸਟ ਆਉਣਾ ਹੈ ਮੈਂ ਸੈਕਿੰਡ ਆਉਣਾ ਹੈ
I will always get trapped in the recognition than my effort. फिर वो मेरी लाइफ का चैलेंज बन जाएगा, जिवें कि ये टर्टल हैगे हैं, जे ये रेस करते हैं तो ये भी फस जाते हैं, क्योंकि ये इन्हों भी अपनी गाइडेंस लैनी फिर औखी हो जाएगी। जिवें कि असी टर्टल के जीवन चो सेध लै रहे हैं कि वह हमेशा ही अपने टारगेट वल फोकसड रेंदे हैं, जोत तो ज्ञान लैके वधदे रेंदे हैं विदाउट केयरिंग अबाउट सराउंडिंग्स कि आले दुआले की हो रहा है, की चैलेंजेस आ रहे ने। दे स्टे फोकसड ऑन देयर टारगेट। सानू भी गुरबाणी ने गाइड किया, सानू हमेशा अपने जीवन दे विच अपने टारगेट वल वधदे रहना है, ताकि असी भी गुरबाणी तो सिक्ख्या लैके अपनी जोत के मैसेजिस नू सुन सकीए, ते अपनी लाइफ दे विचों जिहड़े बैड वॉइस दे चैलेंजेस ने उन्हां नू हौली हौली डिसअपीयर कर सकीए। सो इहदे वास्ते बहुत इंपॉर्टेंट है कि असी एक तां गुरबाणी ते भरोसा रखीए, जिवें कि ए टर्टल्स ने रखिया अपनी इनर वॉइस ते फेथ रखिया कि वह उन्होंने अपने डेस्टिनेशन तक पहुँचाएगी, तो उस फेथ दे नाल वह अपना टारगेट वल वधदे रहिंदे ने। सानू भी हमेशा भरोसा रखना है कि असी आउटकम वल नहीं जाना, जो भी आउटकम होएगी वो साडे वास्ते बेस्ट होएगी, क्योंकि सानू पता है वाहिगुरु जी इज ऑलवेज गिविंग अस द बेस्ट, साडे वास्ते हमेशा ही जड़ा वो अच्छा दे रहे ने। सो विद दैट आपां इहदे विचों टेक अवेज जिहड़े मैसेजिस ने, लैट्स क्विकली गो थ्रू दैम। साडी लर्निंग की है इस पंक्ति तो या अज दे सैशन तो, जे बच्चों ने पढ़नी है दैन जिन्हां जिन्हां बच्चों ने हुण तक नहीं पढ़िया प्लीज रेज योर हैंड्स, जिन्हां ने नहीं पढ़िया हुण तक। ठीक है जी, सो लेट्स स्टार्ट विद अनाहत कौर जी। Can I read the first line? The first one, bete. Unconditional faith in Vaheguru ji. Vaheguru ji is always doing the best for me. ठीक है, सानू गुरबाणी की गाइड कर रही है असी कि सानू हमेशा भरोसा रखना है कि वाहिगुरु जी इज ऑलवेज डूइंग द बेस्ट फॉर मी, है ना। मैं हमेशा इस भरोसे दे नाल अपने जीवन नू जीना है। जे मेरा भरोसा टुट जाता है दैन आई विल नॉट बी एबल टू लिव अ पीसफुल लाइफ। इट इज जस्ट लाइक माई टीचर इन स्कूल। मेरी जिहड़ी टीचर है वह हमेशा जिहड़ा है वह कोशिश करती है कि मैं बेस्ट लर्निंग करा, मैं एक अच्छा स्टूडेंट बना। सो मैनू जिवें अपनी टीचर ते भरोसा होंदा कि वह मैनू ठीक गाइड कर रही है, इवें ही सी हमेशा वाहिगुरु जी ते अनकंडीशनल भरोसा रखना है, ताकि सानू इस गल का ध्यान होवे कि मेरी मैनू जिहड़ी गाइडेंस मिल रही है दैट इज द बेस्ट गाइडेंस फॉर मी एंड इट विल टेक मी टू द ब्लिसफुल एंड हैप्पी स्टेट वेयर मैं पहुँचना चाहना। ठीक है जी, थैंक यू जी अनाहत कौर जी। बानी कौर जी तुसी पढ़ोगे सेकंड। आई नीड टू डू माय रोल और माय टास्क्स विद बेस्ट एफर्ट एंड नेवर वरी अबाउट द आउटकम। जिवें कि आपां हुणे डिस्कस कीता सी कि जे असी कल गेम खेडन जानी है, असी हुणे उत्थे असेसमेंट दी एग्जांपल लई सीगी, ते जे साडी कल गेम हैगी है, जे असी पहला हमेशा इस चीज ते ध्यान रखांगे कि असी गेम जितन वास्ते जाना है, दैन असी हमेशा इस वरी विच ही जीवन जीवांगे कि असी जितना जितना हमेशा ही। जे असी अपने ये वाला फोकस रखांगे कि मेरा रोल है कि आई हैव टू परफॉर्म बेस्ट आई कैन, मैं अपनी बेस्ट एफर्ट लगानी है, विनिंग और लूजिंग इज नॉट माई फोकस, वो मैनू ऑटोमेटिकली मिलेगा जो भी बेस्ट होएगा जे मैं अपनी ऑनेस्ट ते एफर्ट दे नाल काम करांगा। सो विदाउट केयरिंग अबाउट द आउटकम मेरा ध्यान होना चाहिए अपनी एफर्ट पर। जे मैं अपनी सक्सैसफुल एफर्ट लगाना, ऑनेस्ट एफर्ट लगाना, जो आउटकम है वह मैनू हमेशा अच्छी मिलेगी, जिमें कि आप हमने उपर वाली जी लर्निंग सीखा सीगा। ठीक है जी, सो द लास्ट वन इज साहिब कौर जी, तुसी पढ़ लो बेटे। ताडे वी माइक दे विच बेटे कोई प्रॉब्लम, आई थिंक वी स्टिल कांट हीयर एनीथिंग। कोई होर बच्चा है जी जिन्हें नहीं पढ़िया हुण तक? जसदीप सिंह जी तुसी पढ़ लिया सी पहले? ठीक है जी, होर किसी बच्चे का हैंड नहीं रेज होया तो पढ़ लो तुसी बेटे फिर इफ यू वांट द लास्ट वन जी। आई हैव ऑलरेडी सेड द
expectation in mind. It keeps thinking about outcome and takes my focus away from the task I need to do. By having faith that Vaheguruji will provide me with best outcome, my 100% focus will be on the task in hand. ठीक है ना, हम देखा सी कि जिवें कि हुणे सी सारे चैप्टर विच यही सिक्ख्या लई है कि मैनू हमेशा जिहड़ा मेरी जिहड़ी लॉट्स ऑफ टाइम्स हुंदा साडी लाइफ विच हुंदा है कि भी मैनू मैं अपनी एक एक्सपेक्टेशंस नाल काम करना शुरू कर दिंदा। मैं कोई भी असैसमेंट है जिवें कि हुणे ही आपां डिस्कस कीतियां टू एग्जाम्पल्स कि मैं असैसमेंट विच जाना, मैं फर्स्ट आना हुंदा है, मैं गेम खेडन जाना तो मैं जरा हमेशा फोकस करता रहना, एक्सपैक्टेशन करता, मेरी एक्सपैक्टेशन होंगे हमेशा जित के आवांगा। सो उदेनाल जरा मेरी जरा लाइफ के चैलेंजेस आते हैं। सो मैनू रादर करना है कि मैनू भरोसा रखना है कि वाहगुरु जी ने मैनू आउटकम देनी है तो मेरा फोकस जरा टास्क पर होना चाहिए, जिमें कि टर्टल का या कुम्मी का है, वो हमेशा अपने सी और ओशन जिमें कि तुम मैनशन किया ਉਹਦੇ ਵੱਲ ਧਿਆਨ ਰੱਖਦੀ ਹੈ ਔਰ ਆਪਣੀ ਐਫਰਟ ਕਰਦੀ ਰਹਿੰਦੀ ਹੈ। ਔਰ ਜੇ ਉਹ ਕੰਟੀਨਿਊਲੀ ਆਪਣੀ ਐਫਰਟ ਕਰਦੀ ਹੈ, ਉਹਦੇ ਵਿੱਚ ਕਾਮਯਾਬ ਹੁੰਦੀ ਹੈ, ਦੈਨ ਇਟ ਗੈਟਸ ਟੂ ਦ ਟਾਰਗੇਟ ਵਿਚ ਇਜ਼ ਦ ਸੀ। ਰਸਤੇ ਵਿੱਚ ਜਿਹੜੇ ਮਰਜ਼ੀ ਚੈਲੰਜਸ ਆਉਂਦੇ ਰਹਿਣ, ਉਹ ਜੇ ਚੈਲੰਜਸ ਵਿੱਚ ਸਟੱਕ ਹੋ ਕੇ ਐਫਰਟ ਕਰਨਾ ਬੰਦ ਕਰ ਦੇਗੀ ਤਾਂ ਉਹ ਆਪਣੇ ਟਾਰਗੇਟ ਵੱਲ ਕਦੇ ਵੀ ਪਹੁੰਚ ਨਹੀਂ ਸਕੇਗੀ। ਸਾਨੂੰ ਵੀ ਗੁਰਬਾਣੀ ਨੇ ਸਿਖਾਇਆ ਕਿ ਅਸੀਂ ਜੋ ਵੀ ਕੰਮ ਕਰ ਰਹੇ ਹਾਂ, there will be always challenges in that task. Sanu Vaheguru Ji te bharosa rakh ke hamesha apni effort karde rehna hai aur focus rehna hai apni jyot di guidance wal, te assi vi jada ek happy life nu lead kar sakde ha, assi vi jada good and achhe human being, achhe bacche ban ke apna life ji sakde ha gurbani di guidance vich, te apne targets wal agge vadh sakde ha ਜੇ ਅਸੀਂ ਜੋਤ ਤੋਂ ਗਾਈਡੈਂਸ ਲੈਣ ਵਾਸਤੇ ਹਮੇਸ਼ਾ ਜਿਹੜਾ ਉਹ ਰੈਡੀ ਐਂਡ ਐਕਟਿਵ ਰਵਾਂਗੇ। ਸੋ ਇਸ ਤੋਂ ਇਲਾਵਾ ਜੇ ਕਿਸੇ ਬੱਚੇ ਨੇ ਹੋਰ ਕੁਛ ਵੀ ਐਡ ਕਰਨਾ ਹੈ ਜਾਂ ਐਨੀ ਕੁਐਸਚਨ ਹੈਗਾ, ਹੈਪੀ ਫੋਰ ਯੂ ਗਾਈਸ ਟੂ ਆਸਕ। ਕੁਛ ਵੀ ਹੋਰ ਜੇ ਤੁਸੀਂ ਐਡ ਕਰਨਾ ਚਾਹੁੰਦੇ ਹੋ, ਜੋ ਤੁਸੀਂ ਸਿੱਖਿਆ ਅੱਜ ਦੇ ਸੈਸ਼ਨ ਵਿੱਚੋਂ, ਜਿਹੜੀ ਚੀਜ਼ ਨਹੀਂ ਆਪਾਂ ਮੈਨਸ਼ਨ ਕੀਤੀ, ਇਫ ਦੇਰ ਇਜ਼ ਐਨੀਥਿੰਗ ਵਿਚ ਵਾਸ ਲੈਫਟ ਆਊਟ, ਜਾਂ ਕੋਈ ਵੀ ਤੁਹਾਡੇ ਕੋਲ ਕੁਐਸਚਨ ਹੈਗਾ ਜੋ ਆਪਾਂ ਹੁਣ ਡਿਸਕਸ ਕੀਤਾ। ਠੀਕ ਹੈ ਜੀ, ਜੇ ਕੋਈ ਵੀ ਹੋਰ ਕੁਐਸਚਨ ਨਹੀਂ ਹੈ ਤਾਂ ਸਾਰੇ ਬੱਚਿਆਂ ਦਾ ਥੈਂਕ ਯੂ ਜੀ ਵੈਰੀ ਮੱਚ। ਫਿਰ ਅਸੀਂ ਜਿਹੜਾ ਨੈਕਸਟ ਵੀਕ ਸੇਮ ਟਾਈਮ 'ਤੇ ਮਿਲਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।